ਸਵਾਗਤ ਹੈ। ਬ੍ਰੇਕ ਤੋਂ ਬਾਅਦ ਲਗਾਤਾਰ ਵਿਚਾਰ ਚਰਚਾ ਹੋ ਰਹੀ ਸੀ ਗੁਰੂ ਨਾਨਕ ਦੇਵ ਜੀ ਦੇ ਸਮਾਗਮ ਜੋ 2019 ਦੇ ਵਿੱਚ ਆ ਰਹੇ ਨੇ, 550 ਸਾਲ ਆ ਉਹਨਾਂ ਨੂੰ ਲੈ ਕੇ। ਦਰਸ਼ਕਾਂ ਤੋਂ ਸਵਾਲ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਸਮਾਗਮਾਂ ਨੂੰ ਸਾਰੇ ਸਿਆਸੀ ਦਲਾਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ, ਹਾਂ ਜਾਂ ਨਾ ਦੇ ਵਿੱਚ ਤੁਸੀਂ ਆਪਣੀ ਰਾਏ SMS ਦੇ ਰਾਹੀਂ 57575 'ਤੇ ਭੇਜ ਸਕਦੇ ਹੋ। ਹਾਂ ਦੇ ਲਈ ZPHS ਸਪੇਸ ਫਾਈ, ਨਾਂ ਦੇ ਲਈ ZPHS ਸਪੇਸ ਐਨ। ਕਿ ਨਾਨਕ ਨਾਮ ਚੜ੍ਹਦੀ ਕਲਾ ਇਸ ਨਾਂ ਹੇਠ ਜੋ ਸਮਾਗਮ ਮਨਾਏ ਜਾਣੇ ਨੇ ਪੰਜਾਬ ਸਰਕਾਰ ਦੇ ਵੱਲੋਂ, ਇੱਕ ਸਾਲ ਭਰ ਚੱਲਣੇ ਨੇ, ਉਸ ਦੇ ਵਿੱਚ ਸਾਰੇ ਸਿਆਸੀ ਦਲਾਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਤੁਹਾਡੀ ਇਸ 'ਤੇ ਕੀ ਰਾਏ ਹੈ? ਆਪਣੀ ਰਾਏ SMS ਦੇ ਰਾਹੀਂ ਭੇਜ ਸਕਦੇ ਹੋ ਸਾਡੇ ਤੱਕ। ਤਾਂ ਆਪਣੀ ਵਿਚਾਰ ਚਰਚਾ ਨੂੰ ਅੱਗੇ ਵਧਾਵਾਂਗੇ। ਅਮਰਿੰਦਰ ਸਿੰਘ ਸਾਬਕਾ ਮੈਂਬਰ ਨੇ SGPC ਦੇ। ਅਮਰਿੰਦਰ ਸਿੰਘ, ਤੁਹਾਨੂੰ ਕੀ ਲੱਗਦਾ SGPC ਨੂੰ, ਜੇ SGPC ਨੁਮਾਇੰਦਾ ਜਥੇਬੰਦੀ ਹੈ ਸਿੱਖਾਂ ਦੀ, ਤਾਂ ਸਭ ਤੋਂ ਪਹਿਲਾਂ ਉਹਨੂੰ ਅੱਗੇ ਨਹੀਂ ਆਉਣਾ ਚਾਹੀਦਾ? ਜੇ ਪੰਜਾਬ ਸਰਕਾਰ ਦੇ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਪਰ ਫਿਰ ਵੀ SGPC ਦੇ ਵੱਲੋਂ ਕੋਈ ਵੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਇਆ, SGPC ਨੂੰ ਸਾਰੇ ਸਿਆਸੀ ਮਫਾਦਾਤ ਸਾਈਡ 'ਤੇ ਰੱਖ ਕੇ ਅੱਗੇ ਨਹੀਂ ਆਉਣਾ ਚਾਹੀਦਾ ਕਿ ਉਹ ਖੁਦ ਅੱਗੇ ਆਵੇ, ਬਲਕਿ ਆਪਣੀ ਕਾਰਜ ਯੋਜਨਾ ਦੇਵੇ ਸਰਕਾਰ ਨੂੰ? ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਹ ਪ੍ਰੋਗਰਾਮ ਜੋ ਉਲੀਕਿਆ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਜਿੰਨੇ ਅਸੀਂ ਸਾਰੀਆਂ ਧਿਰਾਂ, ਸਾਰੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ, ਉਹਨਾਂ ਨੇ ਸਭ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਖਿਡੌਣਾ ਬਣਾ ਲਿਆ ਜੀ। ਲੋਗਨ ਰਾਮ ਖਿਲਾਉਣਾ ਜਾਣਾ ਗੁਰਬਾਣੀ ਦੇ ਵਿੱਚ ਵੀ ਇੱਕ ਤੁਕ ਆਉਂਦੀ ਹੈ, ਅਤੇ ਅਸੀਂ ਉਸ ਨੂੰ ਖਿਡੌਣਾ ਬਣਾ ਕੇ ਆਪਣੀਆਂ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਸੇਕ ਰਹੇ ਹਾਂ। ਅਤੇ ਕੈਪਟਨ ਸਾਹਿਬ ਦੀ ਜੋ ਬਿਰਤੀ ਹੈ ਸਾਰੇ ਸੀਨ ਦੇ ਵਿੱਚ ਜੋ ਮੈਨੂੰ ਦਿਖਦੀ ਹੈ, ਉਹ ਨਿਤੀਸ਼ ਕੁਮਾਰ ਦੇ ਜਗ੍ਹਾ 'ਤੇ ਬੈਠਣਾ ਚਾਹੁੰਦੇ ਹਾਂ ਕਿ ਜਿਵੇਂ ਨਿਤੀਸ਼ ਕੁਮਾਰ ਨੇ ਪ੍ਰੋਗਰਾਮ ਸਕਸੈਸਫੁਲ ਕੀਤਾ ਅਤੇ ਵਾਹ ਵਾਹ ਲੁੱਟੀ ਅਤੇ ਪੂਰੇ ਇੰਡੀਆ ਦੇ ਵਿੱਚ ਉਹਨਾਂ ਦੀ ਵਾਹ ਵਾਹੀ ਹੋਈ, ਉਹ ਚਾਹੁੰਦੇ ਹਾਂ ਵੀ ਮੈਂ ਵੀ ਇੱਕ ਐਸਾ ਪ੍ਰੋਗਰਾਮ ਕਰਾਂ ਅਤੇ ਮੈਨੂੰ ਵੀ ਮਤਲਬ ਸਾਰੀ ਉਹ ਜਿਹੜੀ ਪਬਲਿਸਿਟੀ ਉਹ ਮਿਲੇ। ਅਤੇ ਇਸੇ ਅਧੀਨ ਉਹ ਇਹ ਵੀ ਚਾਹੁੰਦੇ ਹਾਂ ਕਿ ਵੀ ਇਹ ਪ੍ਰੋਗਰਾਮ ਦੇ ਵਿੱਚ ਕੋਈ ਸ਼ਾਮਿਲ ਨਾ ਹੋਵੇ, ਮੈਂ ਇਕੱਲਾ ਹੀ ਕਰਾਂ। ਨਹੀਂ, ਇਹ ਗੱਲ ਕਿਵੇਂ ਕਹਿ ਸਕਦੇ ਹੋ, ਕਿਉਂਕਿ ਉਹਨਾਂ ਦੇ ਵੱਲੋਂ ਸਾਰਿਆਂ ਨੂੰ ਊਟ ਪਟਾਂਗ ਗੱਲਾਂ ਬੋਲਦੇ ਆ ਇੱਕ ਦੂਜੇ ਨੂੰ ਪਬਲਿਕਲੀ, ਆਪਾਂ ਦੇਖਦੇ ਹਾਂ ਸਾਰੇ ਮੀਡੀਆ ਦੇ ਉੱਪਰ ਆ ਰਹੀਆਂ, ਪ੍ਰੈਸ ਦੇ ਵਿੱਚ ਆ ਰਹੀਆਂ, ਦੂਸ਼ਣਬਾਜੀ ਇੱਕ ਦੂਜੇ ਤੇ ਇੰਨੀ ਜ਼ਿਆਦਾ ਐਕਸਟ੍ਰੀਮ ਤੱਕ ਪਹੁੰਚੀ ਹੋਈ ਹੈ ਕਿ ਉਹ ਬੰਦੇ ਕੰਫਰਟੇਬਲੀ ਬੈਠ ਹੀ ਨਹੀਂ ਸਕਦੇ ਇਕੱਠੇ। ਉਸ ਬੰਦੇ ਨੂੰ ਕੋਆਰਡੀਨੇਟਰ ਬਣਾ ਕੇ ਕਿਹਾ ਜੀ ਇਹਦੇ ਕੋਲ ਆਓ ਸਾਰੇ। ਹੁਣ ਸਮੱਸਿਆ ਵੀ ਇਹ ਹੈ ਕਿਉਂਕਿ ਕਲਚਰਲ ਮਿਨਿਸਟਰ ਵੀ ਉਹੀ ਹੈ ਸਿੰਘ ਸਾਹਿਬ, ਕਲਚਰਲ ਮਿਨਿਸਟਰ ਵੀ ਉਹੀ ਨੇ। ਨਹੀਂ, ਕਲਚਰਲ ਮਿਨਿਸਟਰ ਡਿਪਾਰਟਮੈਂਟ ਵੀ ਉਹਨਾਂ ਦੇ ਅਧੀਨ ਆਊਗਾ, ਉਹ ਬਿਗ ਬੌਸ ਦੇ ਸ਼ੋਅ 'ਚ ਬੈਠਣ। ਮੈਂ ਕਿਹਾ ਜੀ CM ਸਾਹਿਬ ਕਿਸੇ ਨੂੰ ਵੀ ਕੋਆਰਡੀਨੇਟਰ ਬਣਾ ਸਕਦੇ ਆ, ਹੋਰ ਬੜੇ ਡਿਪਾਰਟਮੈਂਟਸ ਹੈਗੇ ਆ ਉਹਨਾਂ ਦੇ ਕੋਲ। ਤੇ ਮੇਰੀ ਬੇਨਤੀ ਉਹਨਾਂ ਨੂੰ ਇਹ ਹੈ ਕਿ ਵੀ ਜੇ ਉਹਨਾਂ ਨੇ ਵਾਕਈ ਇਹ ਪ੍ਰੋਗਰਾਮ ਨੂੰ ਸਕਸੈਸਫੁਲ ਕਰਨਾ ਹੈ, ਕੋਈ ਮਤਲਬ ਐਸਾ ਬੰਦਾ ਕੋਆਰਡੀਨੇਟਰ ਬਣੇ ਜਿਹੜਾ ਸਾਰਿਆਂ ਨੂੰ ਨਾਲ ਕੈਰੀ ਕਰ ਸਕਦਾ ਹੋਵੇ, ਜਿਹਦੇ ਨਾਲ ਸਾਰੇ ਬੰਦੇ ਕੰਫਰਟੇਬਲੀ ਬੈਠ ਸਕਦੇ ਹੋਣ, ਤਾਂ ਇਹ ਪ੍ਰੋਗਰਾਮ ਹੋਏਗਾ। ਜੇ ਤੁਸੀਂ ਇਹੀ ਚਾਹੁੰਦੇ ਹੋ ਵੀ ਮੈਂ ਇਕੱਲੇ ਹੀ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨਾ ਹੈ ਤੇ ਇਸ ਬੰਦੇ ਨੂੰ ਹੀ ਮੈਂ ਅੱਗੇ ਲਾ ਕੇ ਰੱਖਣਾ, ਤੇ ਇਹ ਫਿਰ ਕੰਮ ਜਿਹੜਾ ਹੈਗਾ ਔਖਾ ਹੋ ਜਾਏਗਾ। ਤੇ ਦੂਜੀ ਬੇਨਤੀ ਮੇਰੀ ਇਹ ਹੈਗੀ ਹੈ ਕਿ ਵੀ ਜਿਵੇਂ ਆਪਾਂ ਕਹਿ ਰਹੇ ਕਿ ਗਲੋਬਲੀ ਮਨਾਉਣਾ, ਤਾਂ ਮੈਂ CM ਸਾਹਿਬ ਨੂੰ ਇਹ ਕਹਾਂਗਾ ਕਿ ਸਿੱਖਾਂ ਦੇ ਵਿੱਚ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਨਨਕਾਣਾ ਸਾਹਿਬ ਮਨਾਇਆ ਜਾਂਦਾ ਜੀ, ਤੇ ਇਹ ਸਾਰੀ ਟੀਮ ਨੂੰ ਲੈ ਕੇ ਜਿਹੜੀ ਇਹਦੀ ਅਰਦਾਸ ਬੇਨਤੀ ਹੈ ਉਹ ਨਨਕਾਣਾ ਸਾਹਿਬ ਤੋਂ ਆਰੰਭ ਹੋਣੀ ਚਾਹੀਦੀ ਹੈ, ਇਹ CM ਹਾਊਸ ਤੋਂ ਆਰੰਭ ਨਹੀਂ ਹੋਣੀ ਚਾਹੀਦੀ। ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ ਨਨਕਾਣਾ ਸਾਹਿਬ ਤੋਂ ਚੱਲਦਾ ਹੈ,
ਸੋ ਇਹ ਸਾਰੇ ਨਾਲ ਮੈਨੂੰ ਲੱਗਦਾ ਕਿ ਉਹ ਖੁਦ ਵੀ ਕੰਫਰਟੇਬਲ ਹੋਣਗੇ ਪਾਕਿਸਤਾਨ ਜਾਣ ਦੇ ਵਿੱਚ, ਉਹਨਾਂ ਨੂੰ ਕੋਈ ਮਤਲਬ ਹਿੱਚ ਨਹੀਂ ਹੋਏਗੀ ਤੇ ਉਹ ਸਾਰਿਆਂ ਨੂੰ ਉੱਥੋਂ ਅਰਦਾਸ ਕਰਕੇ ਤੁਰਨ ਤੇ ਫਿਰ ਇਹ ਜਿਹੜੀ ਪ੍ਰੋਪੋਗੇਸ਼ਨ ਹੈ ਪ੍ਰੋਪਰ ਹੋਏਗੀ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਫਿਲਹਾਲ ਸੀਐਮ ਸਾਹਿਬ ਨੂੰ ਹੈਗੀਆਂ। ਮੈਂ ਤੁਹਾਨੂੰ ਸਵਾਲ ਕੁਝ ਹੋਰ ਪੁੱਛਿਆ ਸੀ ਸਿੰਘ ਸਾਹਿਬ ਕਿ ਬਈ ਸਾਰਿਆਂ ਨੂੰ ਨਾਲ ਬੈਠ ਕੇ ਮੈਂ ਤੁਹਾਨੂੰ ਸਵਾਲ ਕੁਝ ਹੋਰ ਪੁੱਛਿਆ ਜੀ ਉਹ ਮੈਂ ਠੀਕ ਹੈ ਐਸਜੀਪੀਸੀ ਦਾ ਪੁੱਛਿਆ ਨਾ ਜੀ। ਹਾਂ ਮੈਂ ਐਸਜੀਪੀਸੀ ਦਾ ਪੁੱਛਿਆ ਜੀ, ਤੁਹਾਨੂੰ ਐਸਜੀਪੀਸੀ ਨੂੰ ਅੱਗੇ ਆਉਣਾ ਚਾਹੀਦਾ ਜਾਂ ਨਹੀਂ, ਲੇਕਿਨ ਕਿਉਂਕਿ ਐਸਜੀਪੀਸੀ ਤੋਂ ਜੇ ਸਿੱਖ ਸਮਾਜ ਇਹ ਤਵੱਕੋਂ ਕਰਦਾ ਹੈ ਜਿਹੜੀ ਆ ਉਹ ਡਿਲਮਾ ਦੇ ਵਿੱਚ ਹੈ ਉਹ ਬਿਲਕੁਲ ਐਸਜੀਪੀਸੀ ਦਾ ਪ੍ਰਧਾਨ ਤੇ ਐਸਜੀਪੀਸੀ ਦਾ ਸਟਾਫ ਵੀ ਇਹ ਦੇਖ ਰਿਹਾ ਵੀ ਅਸੀਂ ਜਿਹਦੇ ਕੋਲ ਜਾਣਾ ਹੈ ਉਹ ਬੰਦੇ ਨੇ ਭੇਜ ਸਿੱਖਾਂ ਦਾ ਧਾਰਿਆ, ਲੇਕਿਨ ਘਰ ਦੇ ਵਿੱਚ ਸਮਾਗਮ ਸ਼ਿਵਲਿੰਗ ਦਾ ਪੂਜਨ ਕਰਕੇ ਕਰਦਾ ਉਹ, ਅਸੀਂ ਕਿਵੇਂ ਬੈਠੀਏ ਉਹਦੇ ਨਾਲ? ਉਹ ਜਨੇਊ ਪਾ ਕੇ ਪਬਲਿਕਲੀ ਬਹਿ ਕੇ ਸਾਰਾ ਕੁਝ ਕਰਦਾ, ਅਖਬਾਰਾਂ 'ਚ ਫੋਟੋਆਂ ਛਾਪਦੀਆਂ ਤੇ ਐਸਜੀਪੀਸੀ ਕਿਵੇਂ ਜਾ ਕੇ ਉਹਦੇ ਨਾਲ ਬੈਠੇ ਐਸੇ ਸਿੱਖ ਦੇ ਨਾਲ? ਅੱਛਾ ਠੀਕ ਹੈ, ਇਹ ਵੀ ਇੱਕ ਬੜੀ ਮਤਲਬ ਕੱਟੇ ਦੇ ਮੂਰੇ ਗੱਡਾ ਬੰਨਤਾ। ਠੀਕ ਹੈ, ਹੁਣ ਉਹ ਚੀਜ਼ ਕੈਪਟਨ ਸਾਹਿਬ ਨੇ ਕਰ, ਇਹ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਹੈ। ਮੈਨੂੰ ਇੱਕ ਗੱਲ ਦੱਸੋ ਸਿੰਘ ਸਾਹਿਬ, ਫਿਰ ਜਦੋਂ ਨਿਤੀਸ਼ ਕੁਮਾਰ ਹੋਰਾਂ ਦੇ ਨਾਲ ਬੈਠ ਕੇ ਐਸਜੀਪੀਸੀ ਨੇ ਸਾਰਾ ਜਿਹੜਾ ਇਹ ਉਲੀਕਿਆ, ਜਦੋਂ ਉਸ ਤੋਂ ਬਾਅਦ ਉਹ ਜਿਹੜਾ ਸਕਸੈਸਫੁਲ ਹੋਇਆ, ਨਿਤੀਸ਼ ਕੁਮਾਰ ਵੀ ਤਾਂ ਪਾਉਂਦਾ ਹੀ ਹੈ ਜਿਹਨੇ ਉਹਨਾਂ ਦੇ ਨਾਲ ਨਿਤੀਸ਼ ਕੁਮਾਰ ਕਹਿੰਦਾ ਮੈਂ ਹਿੰਦੂ ਹਾਂ, ਹਾਂ ਇਹ ਕਹਿ ਦੇਣ ਕਿ ਮੈਂ ਸਿੱਖ ਨਹੀਂ ਹੈ। ਨਹੀਂ ਇਹ ਮਤਲਬ ਇਹ ਵੀ ਇਹ ਸਮੱਸਿਆ ਕੀ ਹੈ, ਬੈਠ ਸਕਦੇ ਹਾਂ ਅਸੀਂ ਕ੍ਰਿਸਚਨ ਨਾਲ ਬੈਠ ਸਕਦੇ ਹਾਂ, ਲੇਕਿਨ ਅਸੀਂ ਐਸੇ ਸਿੱਖ ਨਾਲ ਨਹੀਂ, ਅਸੀਂ ਐਸੇ ਸਿੱਖ ਨਾਲ ਨਹੀਂ ਬੈਠ ਸਕਦੇ ਜਿਹੜਾ ਜਨੇਊ ਪਾਉਂਦਾ ਹੋਵੇ। ਐਸਾ ਕਿਹੜਾ ਸਿੱਖ ਹੈ ਜਿਹੜਾ ਜਨੇਊ ਪਾਉਂਦਾ ਤੇ ਸ਼ਿਵਲਿੰਗ ਦੀ ਪੂਜਾ ਕਰਦਾ ਹੈ, ਫਿਰ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਗੁਰਪ੍ਰੀਤ ਜੀ ਮੇਰੀ ਬੇਨਤੀ ਹੈ ਜੀ, ਪਲੀਜ਼ ਤੁਸੀਂ ਇਹ ਵੱਡਾ ਪਲੇਟਫਾਰਮ ਹੈ ਨਾ ਜੀ, ਇਹ ਜਾਤੀ ਦੂਸ਼ਣ ਬਾਜੀ ਵਾਸਤੇ ਇਦਾਂ ਨਾ ਕਰਿਆ ਨੂੰ ਕਿਸੇ ਨੂੰ। ਹਾਂ ਮੈਂ ਇਦਾਂ ਲਾਓ ਨਾ ਕਰੋ, ਨਹੀਂ ਮੈਂ ਹੁਣ ਇਹੀ ਦੇਖੋ ਸਰ, ਮੈਂ ਦੇਖੋ ਸੰਸਥਾਨ ਜਾਂ ਜ਼ੀ ਮੀਡੀਆ ਸੰਸਥਾਨ ਇਸ ਤਰ੍ਹਾਂ ਦੀ ਕਿਸੇ ਚੀਜ਼ ਦੀ ਕੋਈ ਪ੍ਰੋੜਤਾ ਨਹੀਂ ਕਰਦਾ, ਅਸੀਂ ਇਸ ਚੀਜ਼ ਨੂੰ ਕੋਈ ਉਤਸ਼ਾਹ ਨਹੀਂ ਦਿੰਦੇ, ਇਹ ਇਹਨਾਂ ਦੇ ਆਪਸੀ ਜਿਹੜੇ ਇਹਨਾਂ ਦੇ ਨਿੱਜੀ ਬਿਆਨ ਨੇ, ਕੋਈ ਮੈਂ ਉਹਨਾਂ ਲਈ ਡੈਰੋਗੇਟਰੀ ਨਹੀਂ ਕਰਦਾ, ਲੇਕਿਨ ਮੈਂ ਇਹ ਕਹਿੰਦਾ ਇਹਨਾਂ ਦੇ ਨਿੱਜੀ ਬਿਆਨ ਨੇ, ਮੈਂ ਤੁਹਾਨੂੰ ਮੌਕਾ ਦੇ ਸਕਦਾ ਕਰ ਰਹੇ ਨੇ ਇਦਾਂ ਦੇ ਅੱਛੇ ਨਹੀਂ ਠੀਕ ਨਹੀਂ। ਹਾਂ ਮੈਂ ਵੀ ਇਹ ਸਮਝਦਾ ਹਾਂ, ਅਸੀਂ ਵੀ ਇਹ ਸਮਝਦੇ ਹਾਂ ਵੀ ਇਹ ਚੰਗਾ ਨਹੀਂ ਹੈਗਾ ਇੱਕ ਦੂਜੇ ਨੂੰ ਇਸ ਤਰੀਕੇ ਦੇ ਨਾਲ ਨਿੱਜੀ ਤੌਰ ਤੇ ਉਹ ਕੀਤਾ ਜਾਣਾ, ਪਰ ਫਿਰ ਵੀ ਸਵੈ ਸਾਹਿਬ ਤੁਸੀਂ ਇਹਦਾ ਜਵਾਬ ਦੇ ਸਕਦੇ ਹੋ, ਮੈਂ ਇਸ ਤੋਂ ਜ਼ਿਆਦਾ ਮੈਂ ਨਹੀਂ ਉਹਨਾਂ ਨੂੰ ਮੈਂ ਨੀਵਾ ਨਹੀਂ ਦਿਖਾ ਰਿਹਾ, ਮੈਂ ਉਹਨਾਂ ਨੂੰ ਨੀਵਾ ਨਹੀਂ ਦਿਖਾ ਰਿਹਾ, ਉਹਨਾਂ ਨੂੰ ਫ੍ਰੀ ਹੈਗਾ ਉਹ ਕਰਨ ਆਪਣਾ। ਹਾਂ ਮੈਂ ਤੁਹਾਨੂੰ ਮੌਕਾ ਦੇ ਸਕਦਾ ਸਵੈ ਸਾਹਿਬ, 550 ਸਾਲਾਂ ਮਨਾਉਣਾ, ਤੁਸੀਂ ਦੋਵੇਂ ਆਪੋ ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ ਗੁਰਪ੍ਰੀਤ ਜੀ, ਬੇਨਤੀ ਇਹ ਹੈ, ਮੇਰੀ ਬੇਨਤੀ ਇਹ ਹੈ ਕਿ ਅਸੀਂ ਇੱਥੇ ਜਿਹੜਾ ਮੁੱਦੇ 'ਤੇ ਗੱਲ ਕਰ ਰਹੇ ਹਾਂ, ਇਹ ਗੁਰੂ ਨਾਨਕ ਦੇਵ ਜੀ ਦੇ 550 ਜਿਹੜਾ ਸਾਲਵਾਂ ਇਹ ਉਹਨਾਂ ਦਾ ਪ੍ਰਕਾਸ਼ ਉਤਸਵ ਆਉਣਾ, ਉਹਨੂੰ ਪੰਜਾਬ ਦੇ ਵਿੱਚ ਪੂਰੇ ਵਿਸ਼ਵ ਪੱਧਰ 'ਤੇ ਦੇਸ਼ ਪੱਧਰ 'ਤੇ ਵੱਡੇ ਲੈਵਲ 'ਤੇ ਮਨਾਉਣ ਵਾਸਤੇ ਵਿਚਾਰਾਂ ਕਰ ਰਹੇ ਹਾਂ, ਆਪਾਂ ਇੱਥੇ ਆਪਾਂ ਇੱਕ ਦੂਜੇ ਦੇ ਖਿਲਾਫ ਜਾਤੀ ਤੌਰ 'ਤੇ ਇਲਜ਼ਾਮ ਲਾਉਣੇ, ਦੂਸ਼ਣ ਲਾਉਣੇ, ਜਾਂ ਉਹਨਾਂ ਦੀ ਜਾਤੀ ਜ਼ਿੰਦਗੀ 'ਤੇ ਆਪਾਂ ਅਟੈਕ ਕਰਨਾ, ਤਰਜ ਕੱਸਣੇ, ਉੱਦਾਂ ਦੀ ਗੱਲ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਇਹ ਮੰਦਭਾਗੀ ਗੱਲ ਹੈ ਕਿ ਸਰਦਾਰ ਅਮਰਿੰਦਰ ਸਿੰਘ ਜੀ ਇੱਦਾਂ ਗੱਲ ਕਰ ਰਹੇ, ਮੈਨੂੰ ਹੱਥ ਜੋੜ ਕੇ ਬੇਨਤੀ ਹੈ ਕਿਸੇ ਹੋਰ ਪਲੇਟਫਾਰਮ 'ਤੇ ਕੁਛ ਕਰ ਸਕਦੇ ਨੇ, ਲੇਕਿਨ ਜਦੋਂ ਆਪਾਂ ਇੱਦਾਂ ਦਾ ਸੰਜੀਦਾ ਮੁੱਦਾ ਜਿਹੜਾ ਬੜਾ ਉਸੇ ਤੇ ਆਪਾਂ ਨੂੰ ਫੋਕਸ ਰੱਖਣਾ ਚਾਹੀਦਾ। ਬਹੁਤ ਅਮਰਿੰਦਰ ਸਿੰਘ ਜੀ ਹੋਰਾਂ ਦੇ ਵੱਲੋਂ ਬਹੁਤ ਜਿਹੜੇ ਹੈਗੇ ਹਲਕੇ ਸ਼ਬਦ ਨੇ ਸਰ, ਔਰ ਮੈਨੂੰ ਨਹੀਂ ਪਤਾ ਤੁਸੀਂ ਇਹ ਸਾਬਿਤ ਕਰ ਸਕਦੇ ਹੋ। ਮੈਂ ਹਲਕੇ ਤੁਸੀਂ ਹਲਕੇ ਸਮਝ ਲਓ, ਤੁਸੀਂ ਕਿਸ ਤਰੀਕੇ ਨਾਲ ਇਹ ਕਹਿ ਸਕਦੇ ਹੋ ਕਿ ਉਹ ਜਨੇਊ ਪਾਉਂਦੇ ਆ ਜਾਂ ਸਾਰੇ ਮੀਡੀਆ ਦੇ ਵਿੱਚ ਰਿਪੋਰਟ ਸੀ, ਤੁਸੀਂ ਕਿਵੇਂ ਇਹ ਸਾਬਿਤ ਕਰ ਸਕਦੇ ਹੋ? ਇਹ ਬਹੁਤ ਗਲਤ ਗੱਲਾਂ ਕਰ ਰਹੇ ਨੇ, ਮੇਰੇ ਖਿਆਲ ਇਹਨਾਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ। ਆਪਣੇ ਘਰ ਦਾ ਜਿਹੜਾ ਗ੍ਰਹਿ ਪ੍ਰਵੇਸ਼ ਇਸ ਰੋਰੀਤੀ ਨਾਲ ਕਰਵਾਇਆ, ਨਹੀਂ ਗੋਬਿੰਦਰ ਸਿੰਘ ਜੀ, ਆਪਾਂ ਦੇਖੋ ਆਪਾਂ ਐਡਾ ਵੱਡਾ ਜਿਹੜਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਇਹ ਸਾਰੇ
ਪੂਰੇ ਪੰਜਾਬ ਦੀ ਗੱਲ ਹੈ, ਇਹ ਪੂਰੇ ਸਮੁੱਚੇ ਭਾਰਤ ਦੀ ਵੀ ਗੱਲ ਹੈ ਤੇ ਪੂਰੇ ਵਿਸ਼ਵ ਦੀ ਗੱਲ ਹੈ। ਗੁਰੂ ਨਾਨਕ ਅੱਛਾ ਫਿਰ ਜੇ ਇਸ ਗੱਲ ਤੇ ਆਈਏ ਨਾ ਸਿੰਘ ਸਾਹਿਬ, ਉਹਨਾਂ ਨੇ ਅਮਰਿੰਦਰ ਸਿੰਘ ਜੀ ਅਮਰਿੰਦਰ ਸਿੰਘ ਜੀ ਜੇ ਇਸ ਗੱਲ ਤੇ ਆਈਏ ਫੋਟੋਗ੍ਰਾਫਸ ਦੀ ਗੱਲ ਤੇ ਆਈਏ ਤਾਂ ਫੋਟੋਗ੍ਰਾਫਸ ਤਾਂ ਫਿਰ ਸਾਰੇ ਸਿੱਖ ਆਗੂਆਂ ਦੀਆਂ ਕੱਢੀਆਂ ਜਾ ਸਕਦੀਆਂ ਨੇ ਜਦੋਂ ਜਦੋਂ ਉਹ ਕਿਸੇ ਡੇਰੇਦਾਰ ਦੇ ਪੈਰਾਂ 'ਚ ਬੈਠੇ ਹੋਣਗੇ, ਜਦੋਂ ਜਦੋਂ ਕਿਸੇ ਗੱਲ ਹੀ ਨਹੀਂ ਹੋਣਗੀਆਂ ਜੀ। ਨਹੀਂ ਨਹੀਂ ਮੈਂ ਤੁਹਾਨੂੰ ਦੇ ਸਕਦਾ, ਮੈਂ ਪ੍ਰੋਵਾਈਡ ਕਰਵਾ ਸਕਦਾ, ਹੋਰ ਦੱਸੋ ਮੈਂ ਦੇ ਸਕਦਾ, ਹੁਣੇ ਦੇ ਦਿੰਦਾ ਕੱਢ ਕੇ ਤੁਹਾਨੂੰ, ਹੋਰ ਦੱਸੋ। ਹਾਂ ਇਸ ਗੱਲ ਤੇ ਆਪਾਂ ਨਾ ਹੀ ਆਈਏ, ਮੈਂ ਇਸ ਗੱਲ ਤੇ ਹੀ ਆਈਏ, ਮੁੱਦੇ ਆਪਾਂ ਮੁੱਦੇ ਤੋਂ ਨਾ ਭਟਕੀਏ। ਹਾਂ ਜੋ ਸਵਾਲ ਸੀ ਮੈਂ ਉਸੇ ਸਵਾਲ ਤੇ ਮੈਂ ਚਾਹੁੰਦਾ ਵੀ ਉਸੇ ਸਵਾਲ ਤੇ ਹੀ ਰਹੋ ਤੁਸੀਂ ਵੀ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਜਾਂ ਅਕਾਲੀ ਦਲ ਨੂੰ ਖੁਦ ਚਾਹੀਦਾ ਕਿ ਉਹ ਅੱਗੇ ਆਵੇ? ਅਕਾਲੀ ਦਲ ਨੂੰ ਡਰ ਕੀ ਹੈ ਦਰਅਸਲ? ਅਮਰਿੰਦਰ ਸਿੰਘ ਜੀ ਡਰ ਕੀ ਹੈ ਅਕਾਲੀ ਦਲ ਨੂੰ? ਉਹਨਾਂ ਨੇ ਤਾਂ ਸੈਲੀਬ੍ਰੇਟ ਕਰਨਾ ਹੀ ਕਰਨਾ, ਐਸਜੀਪੀਸੀ ਨੇ ਸੈਲੀਬ੍ਰੇਟ ਕਰਨਾ ਹੀ ਕਰਨਾ। ਨਹੀਂ ਕੋਈ ਡਰ ਨਹੀਂ ਹੈ ਜੀ। ਠੀਕ ਹੈ, ਪਰ ਉਹਨਾਂ ਨੂੰ ਡਰ ਕੀ ਹੈ? ਚਲੇ ਜਾਾਂਗੇ, ਪ੍ਰਧਾਨ ਸਾਹਿਬ ਦੀ ਸਟੇਟਮੈਂਟ ਆ ਗਈ ਹੈ। ਡਰ ਕੀ ਹੈ ਫਿਰ, ਵਜ੍ਹਾ ਕੀ ਹੈ? ਵੀ ਕਹਿੰਦੇ ਕੋਈ ਡਰ ਹੀ ਨਹੀਂ ਹੈ ਸਾਨੂੰ। ਇੱਕ ਪਾਸੇ ਕਹਿੰਦੇ ਹੋ ਕਿ ਅਸੀਂ ਅਲੱਗ ਮਨਾਵਾਂਗੇ ਸਾਰਾ ਜਿਹੜਾ ਪੂਰੇ ਦਾ ਪੂਰਾ ਸਮਾਗਮ ਹੈ, ਅਸੀਂ ਪੰਜਾਬ ਸਰਕਾਰ ਦੇ ਨਾਲ ਨਹੀਂ ਮਿਲ ਕੇ ਮਨਾਉਣਾ, ਆਪਣਾ ਅਲੱਗ ਮਨਾਉਣਾ। ਮਤਲਬ ਆਪਣਾ ਅਲੱਗ ਮਨਾ ਕੇ ਆਪਾਂ ਕੀ ਸਾਬਿਤ ਕਰਨਾ ਚਾਹੁੰਦੇ ਹਾਂ? ਨਹੀਂ, ਅਲੱਗ ਆਪਣਾ ਅਲੱਗ ਨਹੀਂ ਅਸੀਂ ਕਹਿ ਰਹੇ, ਉਹ ਤਾਂ ਸਭ ਦਾ ਸਾਂਝਾ ਹੈਗਾ, ਉਹ ਤਾਂ ਐਸਜੀਪੀਸੀ ਦੀ ਖੁਦ ਦੀ ਜ਼ਿੰਮੇਵਾਰੀ ਹੈ ਕਿ ਉਹ ਜੇ ਪੰਜਾਬ ਸਰਕਾਰ ਨੇ ਨਹੀਂ ਮਨਾਏ ਪਹਿਲਾਂ 47 ਸਾਲ ਦੇ ਵਿੱਚ, ਆਪਣਾ 70 ਸਾਲਾਂ ਦੇ ਵਿੱਚ, ਤੇ ਐਸਜੀਪੀਸੀ ਨੇ ਤਾਂ ਮਨਾਏ ਹੀ ਹੈ ਗੁਰਪੁਰਬ, ਲੇਕਿਨ ਹੁਣ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਵੀ ਮਨਾਉਣਾ ਤੇ ਉਹ ਮਨਾ ਲੈਣ। ਨਹੀਂ ਪੰਜਾਬ ਸਰਕਾਰ ਨੇ ਕਿਹੜਾ ਨਹੀਂ ਮਨਾਇਆ? ਸਾਰੇ ਰਲ ਮਿਲ ਕੇ ਮਨਾਉਣ, ਇਹ ਵੀ ਇੱਕ ਸਵਾਲ ਹੈ, ਕਿਹੜਾ ਨਹੀਂ ਮਨਾਇਆ 1966 ਤੋਂ ਲੈ ਕੇ ਕਿਹੜਾ ਨਹੀਂ ਮਨਾਇਆ ਗਿਆ? ਜਿੰਨੀਆਂ ਵੱਡੀਆਂ ਤ੍ਰੈ ਸ਼ਤਾਬਦੀਆਂ ਆਈਆਂ ਸਾਰੀਆਂ ਮਨਾਈਆਂ ਗਈਆਂ ਪੱਧਰ ਤੇ। ਨਹੀਂ ਮਨਾਈਆਂ ਮੈਂ ਕਹਿੰਦਾ ਮਨਾਈਆਂ। ਫਿਰ ਸਿੰਘ ਸਾਹਿਬ ਇਹ ਗੱਲ ਕਿਉਂ ਕਹਿ ਰਹੇ ਹੋ ਮਨਾਈਆਂ ਨਹੀਂ ਪੰਜਾਬ ਸਰਕਾਰ ਨੇ? ਨਹੀਂ ਤੇ ਉਹਨੂੰ ਮੈਂ ਨਹੀਂ 1966 ਹਾਂ, ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਸਾਲ ਦੇ ਵਿੱਚ ਬਹੁਤ, ਦੇਖੋ ਗੁਰਪੁਰਬ ਹਰ ਸਾਲ ਆਉਂਦਾ ਹੈ, ਠੀਕ ਹੈ, ਗੁਰਪੁਰਬ ਵਿੱਚ 50ਵਾਂ ਇਹ ਤੇ ਅੱਧ ਚ ਆ ਰਿਹਾ, ਇਹਦੇ ਵਿੱਚ ਪੋਲਿਟਿਕਸ ਵੀ ਖੇਡੀ। ਹਾਂ ਗੁਰਪੁਰਬ ਤਾਂ ਹਰ ਸਾਲ ਆਉਂਦਾ ਹੈ, ਹਰ ਸਾਲ ਨਹੀਂ ਸਰਕਾਰ ਮਨਾਉਂਦੀ, ਠੀਕ ਹੈ, ਹਰ ਸਾਲ ਆਉਂਦਾ ਹੈ, ਮਨਾਉਂਦੀ ਹੈ, ਲੇਕਿਨ ਐਤਕੀ ਇਹਨਾਂ ਨੇ ਕਹਿਤਾ ਸੀ 50 ਤੇ ਵੀ ਮਨਾਉਣਾ, ਮਨਾ ਲੈਣ। ਹਾਂ ਠੀਕ ਹੈ, 550 ਸਾਲਾਂ ਹੋ ਰਿਹਾ ਸਰ, ਜੇ 350 ਸਾਲਾਂ ਆਪਾਂ ਕਰ ਸਕਦੇ ਹਾਂ ਤਾਂ 550 ਸਾਲਾਂ ਚ ਵੀ ਕੀ ਦਿੱਕਤ? ਹਾਂ ਹਾਂ ਕੀ ਦਿੱਕਤ? ਅੱਛਾ ਅਕਾਲੀ ਦਲ ਦੀ ਸਮੱਸਿਆ ਕੀ ਹੈ? 500 ਸਾਲਾਂ ਵੀ ਹੋਇਆ ਜੀ, ਅਕਾਲੀ ਦਲ ਦੀ ਸਮੱਸਿਆ ਕੀ ਹੈ ਦਰਅਸਲ? ਅਕਾਲੀ ਦਲ ਦੀ ਕੋਈ ਸਮੱਸਿਆ ਨਹੀਂ ਹੈ, ਅਕਾਲੀ ਦਲ ਨਹੀਂ, ਸਿੱਖ ਵੋਟ ਬੈਂਕ ਹੈ ਜਿਹੜਾ, ਵੀ ਕਾਂਗਰਸ ਥੋੜਾ ਜ਼ਿਆਦਾ ਮਜ਼ਬੂਤ ਨਾ ਹੋ ਜਾਏ, ਇਸੇ ਕਰਕੇ ਨਹੀਂ ਆਪਾਂ ਨੇੜੇ ਲੱਗਣਾ, ਇਹਨਾਂ ਸਮਾਗਮਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ? ਨਹੀਂ ਇਹਨਾਂ ਦੇ ਨਾਲ, ਸਿੱਖ ਵੋਟ ਬੈਂਕ ਬਹੁਤ ਸਿਆਣਾ ਹੈ, ਉਹ ਸਭ ਕੁਝ ਜਾਣਦੇ ਆ, ਲੋਕੀ ਬਹੁਤ ਸਿਆਣੇ ਹੋ ਚੁੱਕੇ ਆ, ਸਾਡੇ ਤੋਂ ਬਹੁਤ ਸਿਆਣੇ ਹੋ ਗਏ ਆ ਲੋਕ, ਸੋ ਅਸੀਂ ਇਹ ਨਾ ਸਮਝੀਏ ਕਿ ਵੀ ਲੋਕ ਨੂੰ ਅਸੀਂ ਗੁੰਮਰਾਹ ਕਰ ਲਾਂਗੇ, ਐਸੀ ਸਿਚੁਏਸ਼ਨ ਹੁਣ ਅੱਜ ਦੀ ਦਿਹਾੜੀ ਦੇ ਵਿੱਚ ਨਹੀਂ ਹੈ। ਨਹੀਂ ਉਹ ਤਾਂ ਲੋਕ ਤਾਂ ਸਭ ਜਾਣਦੇ ਆ ਸਰ, ਹਾਂ ਲੋਕ ਸਭ ਜਾਣਦੇ ਆ, ਔਰ ਉਹ ਉਸੇ ਮੁਤਾਬਕ ਹੀ ਫੈਸਲਾ ਲੈਣਗੇ। ਚਲੋ ਖੈਰ ਲੇਕਿਨ ਅਸੀਂ ਠੀਕ ਹੈ, ਲੇਕਿਨ ਪਰ ਇਹ ਇੱਕ ਜ਼ਰੂਰ ਹੈ ਕਿਤੇ ਨਾ ਕਿਤੇ, ਜਾਂ ਕੋਈ ਡਰ ਹੈ ਜਾਂ ਕੋਈ ਸ਼ੰਕਾ ਜ਼ਰੂਰ ਹੈ ਜਿਹਦਾ ਕਰਕੇ ਆਪਾਂ ਫੁੱਲ ਸਪੋਰਟ ਹੈ ਜਿਹੜੀ ਨਹੀਂ ਰੈਂਡਰ ਕਰ ਰਹੇ। ਨਹੀਂ ਪ੍ਰੋਪਰਲੀ ਜੇ ਇਨਵਾਈਟ ਕਰਨਗੇ, ਸਾਰਿਆਂ ਨੂੰ ਇੱਜ਼ਤ ਮਾਣ ਨਾਲ ਬਿਠਾਉਣਗੇ ਤੇ ਸਭ ਜਾਣਗੇ। ਜੇ ਤੁਸੀਂ ਹੁਣ ਬਣਾਉਂਗੇ ਜਾਂ ਇਸੇ ਨੀਅਤ ਨਾਲ ਕਿ ਵੀ ਗੁਰਪ੍ਰੀਤ ਜੀ, ਸਾਡੀ ਸਰਕਾਰ ਦੀ ਨੀਤ ਬਿਲਕੁਲ ਸਾਫ਼ ਹੈ, ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਸ਼ਾਮਿਲ ਹੋ, ਚਾਹੇ ਉਹ ਇਕੱਲੀ ਪੋਲੀਟਿਕਲ ਪਾਰਟੀਆਂ ਨੇ, ਸਿੱਖ ਸੰਸਥਾਵਾਂ ਨੇ, ਚਾਹੇ ਵਿਅਕਤੀ ਤੌਰ 'ਤੇ ਜਿੰਨੇ ਵੀ ਪੰਜਾਬ ਦੇ ਸਾਰੇ ਲੋਕ ਨੇ, ਉਹਨਾਂ ਨੂੰ ਸਰਕਾਰ ਵੱਲੋਂ ਬੇਨਤੀ ਹੈ
ਕਿ ਇਸ ਫੰਕਸ਼ਨਾਂ ਦੇ ਵਿੱਚ ਪੂਰੇ ਸਾਲ ਦੇ ਜਿੰਨੇ ਵੀ ਪ੍ਰੋਗਰਾਮ ਹੋਣੇ, ਬਹੁਤ ਕਮੇਟੀਆਂ ਬਣਨੀਆਂ ਨੇ, ਸਾਰੇ ਆਪਣੀ ਜਿਹੜੀ ਹੈ ਸ਼ਮੂਲੀਅਤ ਜਿਹੜੀ ਹੈਗੀ ਉਹ ਕਰਨ ਵਿੱਚ। ਜੇ ਕਿਤੇ ਸਰਕਾਰ ਵੱਲੋਂ ਕੋਈ ਘਾਟ ਵੱਧ ਕਿਤੇ ਰਹਿੰਦੀ ਹੈ ਰਹੀ ਹੈ, ਉਹਦੇ ਵਾਸਤੇ ਅਸੀਂ ਹੈਗੇ ਦੁਬਾਰਾ ਬੇਨਤੀ ਕਰਦੇ ਹਾਂ ਸਾਰਿਆਂ ਨੂੰ। ਕੋਈ ਐਸੀ ਗੱਲ ਨਹੀਂ ਹੈ, ਅਸੀਂ ਬੜੀ ਨਿਮਰਤਾ ਨਾਲ ਇਹ ਫੰਕਸ਼ਨ ਕਰ ਰਹੇ ਹੈ। ਚਲੋ ਠੀਕ ਹੈ ਢਿੱਲੋਂ ਸਾਹਿਬ, ਡਾਕਟਰ ਢਿੱਲੋਂ ਕਾਫੀ ਦੇਰ ਤੋਂ ਮੁਸਕਰਾ ਵੀ ਰਹੇ ਹੋ ਤੁਸੀਂ, ਬੜਾ ਆ ਸਭ ਕੁਝ ਜੋ ਸੁਣਿਆ। ਸਵਾਲ ਇਹ ਹੈ, ਤੁਸੀਂ ਪਹਿਲਾਂ ਉਹ ਗੱਲ ਕੀਤੀ ਸੀ, ਉਹੀ ਚੀਜ਼ ਸਾਹਮਣੇ ਆ ਗਈ ਕਿ ਕੀ ਉਸ ਕਿਰਦਾਰ ਦਾ ਕੋਈ ਆਗੂ ਹੈ। ਹੁਣ ਗੱਲ ਇਹ ਹੈ ਵੀ ਜਿਵੇਂ ਅਮਰਿੰਦਰ ਸਿੰਘ ਹੋਰਾਂ ਨੇ ਸਵਾਲ ਚੁੱਕੇ ਨਵਜੋਤ ਸਿੰਘ ਸਿੱਧੂ ਹੋਰਾਂ ਤੇ, ਕੀ ਬਾਕੀ ਜਿਹੜੇ ਸਿੱਖ ਆਗੂ ਨੇ ਉਸ ਕਿਰਦਾਰ ਦੇ ਹੈਗੇ ਆ ਜਿੰਨਾ ਆਪਾਂ ਸਵਾਲ ਉਠਾ ਲੈਂਦੇ ਹਾਂ ਦੂਜੇ ਤੇ? ਚਲੋ ਮੇਰਾ ਇਹਨਾਂ ਦੇ ਇਹਨਾਂ ਦੀ ਜ਼ਾਤੀ ਜੋ ਡਿਫਰੈਂਸਿਸ ਆ ਮੇਰਾ ਉਹਨਾਂ ਦਾ ਉਹਦੇ ਨਾਲ ਕੋਈ ਤਾਲੁਕ ਨਹੀਂ, ਮੇਰੀ ਕੋਈ ਪੋਲੀਟਿਕਸ ਨਹੀਂ ਹੈ। ਜੇ ਗੁਰੂ ਨਾਨਕ, ਮੈਂ ਹੁਣੇ ਸੋਚ ਰਿਹਾ ਸੀ, ਗੁਰੂ ਨਾਨਕ ਇਸ ਵੇਲੇ ਦੁਬਾਰਾ ਆ ਜਾਣ ਫਰਜ਼ ਕਰੋ ਤਾਂ ਲੜਾਈ ਕਿਸ ਦੇ ਨਾਲ ਹੋਏਗੀ? ਲੜਾਈ ਇਹਨਾਂ ਲੀਡਰਾਂ ਨਾਲ ਹੋਏਗੀ ਜਿਹਨਾਂ ਲੀਡਰਾਂ ਬਾਰੇ ਗੱਲ ਕਰੀ ਜਾ ਰਹੀ ਆ, ਜਿਹੜੇ ਉਹਨਾਂ ਦੇ ਵੱਡੇ ਵੱਡੇ ਮਤਲਬ ਜਨਮ ਉਤਸਵ ਮਨਾਉਣ ਦੀ ਕਰੋੜਾਂ ਅਰਬਾਂ ਰੁਪਈਆ ਲਾ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਗੁਰੂ ਨਾਨਕ ਨੇ ਤਾਂ ਕਦੇ ਇਹ ਨਹੀਂ ਕਿਹਾ ਵੀ ਤੁਸੀਂ ਮੇਰਾ ਜਨਮ ਦਿਨ ਮਨਾਓ। ਗੁਰੂ ਨਾਨਕ ਨੇ ਤਾਂ ਕਿਹਾ ਵੀ ਮੇਰਾ ਪਿਆਰ ਦਾ ਮੈਸੇਜ ਆ, ਇਹ ਸਭ ਨੂੰ ਦੇ ਦਿਓ, ਸਾਰੇ ਉਸ ਕਲਾਵੇ ਵਿੱਚ ਆ ਜਾਣ। ਸਿੱਖਇਜ਼ਮ ਦਾ ਵਰਡ ਵਿਊ ਪਿਆਰ ਆ, ਲਵ ਆ। ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਨ ਨਾ ਕੀਜੇ। ਸਿੱਖ ਗੁਰੂ ਨਾਨਕ ਦਾ ਸਾਰਾ ਟੋਟਲ ਸਰਮਾਇਆ 20 ਰੁਪਏ ਸੀਗੇ, ਪਿਓ ਨੇ ਦਿੱਤੇ ਵੀ ਜਾ ਕੇ ਵਪਾਰ ਕਰ ਲਓ, ਔਰ ਵਪਾਰ ਕੀ ਕੀਤਾ? ਉਹ ਸਾਰੇ ਦੇ ਸਾਰੇ ਜਿਹੜੇ ਪੈਸੇ ਸੀ ਭੁੱਖਿਆਂ ਨੰਗਿਆਂ ਜਿਹੜੇ ਵਿਚਾਰੇ ਪਿਆਸੇ ਲੋਕ ਸੀ ਉਹਨਾਂ ਨੂੰ ਗਰੀਬਾਂ ਨੂੰ ਦੇ ਦਿੱਤੇ। ਅੱਜ ਦਾ ਜਿਹੜਾ ਸਿੱਖ ਆ, ਸੱਜਣ ਠੱਗ ਜਿਹੜੇ ਬੈਠੇ ਆ, ਮਾਫ ਕਰਨਾ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਉਹ ਕਦੇ ਆਪਣੇ ਆਪ ਦੇ ਪਰਿਵਾਰ ਤੋਂ ਆਪਣੇ ਆਪ ਦੇ ਸਵਾਰਥ ਤੋਂ ਉੱਪਰ ਉੱਠ ਸਕਦੇ ਆ? ਇਹ ਸਵਾਲ ਆ ਬਹੁਤ ਵੱਡਾ। ਬਿਲਕੁਲ, ਜੇ ਉਹ ਆਪਣੇ ਆਪ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਨਾਲ ਔਰ ਲਤੜੇ ਹੋਏ ਸਮਾਜ ਦੇ ਨਾਲ, ਭੁੱਖਿਆਂ ਨਾਲ, ਤਿਹਾਇਆਂ ਨਾਲ, ਔਰ ਜਿਹੜੇ ਬੇਰੁਜ਼ਗਾਰ ਲੋਕ ਆ ਦਰ ਦਰ ਧੱਕੇ ਖਾ ਰਹੇ, ਉਹਨਾਂ ਦੇ ਨਾਲ ਜੇ ਤਾਂ ਖੜਦੇ ਆ, ਮੈਂ ਸਮਝਦਾ ਇਹ ਸਾਰਾ ਜਿਹੜਾ ਜੋ ਮਨਾਇਆ ਜਾ ਰਿਹਾ ਇਸ ਦੀ ਵੱਡੀ ਫੂਫਾ ਕਰਨ ਦੀ ਲੋੜ ਨਹੀਂ। ਉਹਨਾਂ ਨੂੰ ਪਿਆਰ ਕਰ ਲਓ, ਉਹਨਾਂ ਨੂੰ ਸਮਰਪਿਤ ਹੋ ਜਾਓ। ਜੇ ਤੁਹਾਡੇ ਕੋਲ ਬਹੁਤ ਵੱਡੇ ਪੈਸੇ ਔਰ ਸਾਧਨ ਆ, ਉਹਨਾਂ ਨੂੰ ਦੇ ਦਿਓ ਉਹਨਾਂ ਦੀ ਬੈਟਰਮੈਂਟ ਦੇ ਲਈ। ਠੀਕ ਹੈ, ਸੈਲਫ ਗਲੋਰੀਫਿਕੇਸ਼ਨ ਮਤ ਕਰੋ। ਸੈਲਫ ਗਲੋਰੀਫਿਕੇਸ਼ਨ ਆ, ਕੁਛ ਨਹੀਂ ਹੋਣ ਵਾਲਾ। ਗੁਰੂ ਨਾਨਕ ਨੇ ਤਾਂ ਸੱਜਣ ਠੱਗ ਨੂੰ ਤਾਰ ਦਿੱਤਾ, ਤਾਂ ਇਹ ਵੀ ਸਾਰੇ ਸੱਜਣ ਠੱਗ ਹੀ ਆ, ਗੁਰੂ ਨਾਨਕ ਨੂੰ ਸਮਰਪਿਤ ਹੋ ਜਾਣ, ਗੁਰੂ ਨਾਨਕ ਅੱਗੇ, ਗੁਰੂ ਨਾਨਕ ਦੇ ਵਿਚਾਰਧਾਰਾ ਅੱਗੇ ਸਿਰ ਝੁਕਾ ਦੇਣ, ਇਹ ਵੀ ਤਰ ਜਾਣਗੇ। ਇਹ ਹੋਮਾਂ ਦੇ ਵਿੱਚ ਮਰੇ ਪਏ ਆ, ਹੋਮਾਂ ਦੇ ਨਾਲ ਵੱਡੇ ਵੱਡੇ ਤੁਸੀਂ ਅਜਲਾਸ ਕਰੋਗੇ, ਕਰੋੜਾਂ ਅਰਬਾਂ ਰੁਪਈਆ ਟੈਕਸ ਜਿਹੜਾ ਦੇ ਰਿਹਾ ਗਰੀਬ ਆਦਮੀ ਮੀਡੀਓਕਰ ਕਲਾਸ ਦਾ, ਉਸ ਦਾ ਪੈਸਾ ਤੁਸੀਂ ਬਰਬਾਦ ਕਰ ਦੋਗੇ, ਨਿਕਲਣ ਵਾਲਾ ਕੁਛ ਨਹੀਂ ਹੈ। ਮੈਂ ਇੱਕ ਗੱਲ ਕਹਿੰਦਾ, ਜੇ ਕੁਛ ਹੋਣਾ ਚਾਹੀਦਾ, ਗੁਰੂ ਨਾਨਕ ਦੀ ਆਈਡੀਓਲੋਜੀ ਦੀ ਅਕੈਡੈਮਿਕ ਸਟੱਡੀ ਹੋਣੀ ਚਾਹੀਦੀ ਆ ਬੜੇ ਸੀਰੀਅਸ ਲੈਵਲ ਦੇ ਉੱਤੇ। ਗੁਰੂ ਨਾਨਕ ਦੀ ਬੜੇ ਸੀਰੀਅਸ ਲੈਵਲ ਦੇ ਉੱਤੇ ਜਾ ਕੇ ਬਾਇਓਗ੍ਰਾਫੀ ਲਿਖਣੀ ਚਾਹੀਦੀ ਆ, ਜਿਹੜੀ ਬੜੀ ਅਥੈਂਟਿਕ ਹੋਵੇ ਔਰ ਜਿਹਦਾ ਬੜਾ ਪਲੋਸੀਬਲ ਮੈਸੇਜ ਹੋਵੇ ਲੋਕਾਂ ਦੇ ਕੋਲ, ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਉਸ ਦਾ ਅਸਰ ਪਵੇ ਔਰ ਲੋਕ ਆਪਣੇ ਕੈਰੇਕਟਰ ਨੂੰ ਸੁਧਾਰ ਕੇ, ਆਪਣੀ ਵਿਚਾਰਧਾਰਾ ਨੂੰ ਸੁਧਾਰ ਕੇ ਇੱਕ ਸੱਚ ਦੇ ਲੜ ਲੱਗਣ। ਪਰ ਉੱਥੇ ਵੀ ਸਮੱਸਿਆ ਲੜ ਲੱਗਣ, ਉੱਥੇ ਵੀ ਸਮੱਸਿਆ ਪੈਦਾ ਹੋ ਜਾਣੀ ਹੈ ਡਾਕਟਰ ਸਾਹਿਬ, ਉੱਥੇ ਵੀ ਸਮੱਸਿਆ ਪੈਦਾ ਹੋ ਜਾਣੀ ਹੈ। ਮੈਂ ਬੂਟਾ ਸਿੰਘ ਵੈਰਾਗੀ, ਮੈਂ ਤੁਹਾਡੇ ਤੋਂ ਇੱਕ ਸਵਾਲ, ਹਾਂ ਨਹੀਂ ਸਮੱਸਿਆ, ਹਾਂ
ਬੂਟਾ ਸਿੰਘ ਬੈਰਾਗੀ ਤੁਹਾਨੂੰ ਮੈਂ ਆ ਰਿਹਾ ਸੁਹੇਲ ਸਾਹਿਬ, ਇੱਕ ਮਿੰਟ ਆ ਰਿਹਾ ਮੈਂ, ਬੂਟਾ ਸਿੰਘ ਬੈਰਾਗੀ ਜੀ, ਬੂਟਾ ਸਿੰਘ ਬੈਰਾਗੀ, ਜਿਸ ਤਰੀਕੇ ਦੇ ਨਾਲ ਸਿਆਸੀ ਦੁਸ਼ਮਣੀਆਂ ਦਾ ਨਵਾਂ ਆਯਾਮ ਆ ਹੁਣ ਆਪਾਂ ਦੇਖ ਰਹੇ ਹਾਂ, ਤੁਹਾਨੂੰ ਵੀ ਸਮੱਸਿਆ ਹੈ ਕੋਈ ਸਿੱਧੂ ਸਾਹਿਬ ਤੋਂ? ਨਹੀਂ, ਇਹ ਇਮਟੀਰੀਅਲ ਹੈ ਜੀ, ਕੌਣ ਮਨਾਉਂਦਾ ਵਾ, ਕੌਣ ਨਹੀਂ ਮਨਾਉਂਦਾ, ਕੌਣ ਅੱਗੇ ਲੱਗਿਆ, ਮੈਟਰ ਇਹ ਨਹੀਂ ਕਰਦਾ, ਮੈਟਰ ਇਹ ਆ ਵੀ ਕੀ ਹੋਣ ਜਾ ਰਿਹਾ ਤੇ ਕਿਵੇਂ ਹੋਣ ਜਾ ਰਿਹਾ, ਹਾਂ ਬਿਲਕੁਲ, ਉਸ ਚੀਜ਼ 'ਚ ਜ਼ਿਆਦਾ ਵਜ਼ਨ ਆ। ਜਿੰਨੇ ਵੀ ਮੇਰੇ ਪੈਨਲਿਸਟ ਇੱਥੇ, ਜਿੰਨੇ ਵੀ ਮੇਰੇ ਇੱਥੇ ਪੈਨਲਿਸਟ ਬੈਠੇ ਆ, ਜਦੋਂ ਅੱਜ ਤੋਂ 50 ਸਾਲ ਪਹਿਲਾਂ ਇਹਨਾਂ ਨੇ ਇਹ ਸੈਲੀਬ੍ਰੇਸ਼ਨ ਦੇਖੀ ਹੋਊਗੀ, ਤਾਂ ਅੱਜ ਸ਼ਾਇਦ ਇਹ ਆਪਦੇ ਲੈਵਲ 'ਤੇ ਨਹੀਂ ਜਾਂ ਸਮੁੱਚੇ ਸਮਾਜ ਦੇ ਲੈਵਲ 'ਤੇ ਮਹਿਸੂਸ ਕਰਦੇ ਹੋਣਗੇ ਵੀ ਉਦੋਂ ਇਹ ਮੇਰੇ ਬੱਚੇ ਹੋਣੇ ਆ, ਛੋਟੀ ਉਮਰ ਦੇ ਹੋਣੇ ਆ, ਮੈਂ ਤਾਂ ਉਦੋਂ ਪੈਦਾ ਵੀ ਨਹੀਂ ਸੀ ਹੋਇਆ, ਬਿਲਕੁਲ, ਉਮਰ ਬਹੁਤ ਲੰਘ ਗਈ, ਗੁਰੂ ਮਹਾਰਾਜ ਦੀਆਂ ਟੀਚਿੰਗ ਉੱਥੇ ਹੀ ਆ, ਤੇ ਉਹ ਸਮਾਜ 'ਚ ਕਿੰਨੀਆਂ ਕੁ ਪ੍ਰਵੇਲ ਹੋਈਆਂ, ਅਸੀਂ ਕੰਟਰੀਬਿਊਸ਼ਨ ਕਿੰਨਾ ਕੁ ਪਾਇਆ, ਤੇ ਸਾਡੀ ਉਮਰ ਲੰਘਦੀ ਜਾਂਦੀ ਆ। ਸੰਖੇਪ ਦੇ ਵਿੱਚ ਦਰਅਸਲ ਇਹ ਬਰਥ ਅਨਵਰਸ ਨਹੀਂ ਮਨਾ ਕੇ, ਇਹ ਟੀਚਿੰਗਸ ਨੂੰ ਅਸੀਂ ਯਾਦ ਕਰਕੇ, ਅਸੀਂ ਉਹ ਟੀਚਿੰਗਸ ਗੁਰੂ ਸਾਹਿਬ ਨੂੰ ਤਾਂ ਉਹੀ ਟੀਚਿੰਗਸ ਦਾ ਤਾਂ ਰੌਲਾ ਹੈ ਅਮਰਿੰਦਰ, ਅਸੀਂ ਆਪ ਦਾ ਅਸੀਂ ਆਪ ਦਾ ਮੁਲਾਂਕਣ ਕਰਦੇ। ਜੇ ਅਮਰਿੰਦਰ ਸਿੰਘ ਤੁਹਾਡੇ ਮੁਤਾਬਕ ਸ਼ਾਇਦ ਚੱਲਿਆ ਜਾਵੇ ਜਾਂ ਜਿਸ ਤਰੀਕੇ ਦੇ ਨਾਲ ਤੁਸੀਂ ਡਿਫਾਈਨ ਕਰ ਰਹੇ ਹੋ, ਤਾਂ ਫਿਰ ਸਾਈ ਮੀਆਂ ਮੀਰ ਤੋਂ ਕਦੀ ਵੀ ਨਿਉਂ ਨਾ ਰਖਵਾਈ ਜਾ ਸਕਦੀ ਹਰਿਮੰਦਰ ਸਾਹਿਬ ਦੀ, ਜਿਸ ਤਰੀਕੇ ਦੇ ਨਾਲ ਤੁਸੀਂ ਸਿੱਖਇਜ਼ਮ ਨੂੰ ਡਿਫਾਈਨ ਕਰ ਰਹੇ ਹੋ। ਮੈਂ ਮੈਂ ਅਮਰਿੰਦਰ ਸਿੰਘ ਜੀ ਕਨਕਲੂਡਿੰਗ, ਸਾਡਾ ਗੁਰਪ੍ਰੀਤ, ਅਮਰਿੰਦਰ ਸਿੰਘ ਜੀ ਇੱਕ ਮਿੰਟ, ਗੁਰਪ੍ਰੀਤ ਸਿੰਘ ਜੀ, ਸਾਡਾ ਜਿਹੜਾ ਇਹ ਪੰਜ ਆ ਵਾਲਾ ਰੀਜਨ ਸੀਗਾ ਨਾ, ਇਹ ਜਿਹੜਾ ਪੰਜ ਆ ਵਾਲਾ ਰੀਜਨ ਜੀ, ਇਹਦਾ ਜਿਹੜਾ ਸਭ ਦਾ ਸਭ ਤੋਂ ਵੱਧ ਨੁਕਸਾਨ ਮੈਂ, ਮੇਰਾ ਤੇ ਅਸੀਂ ਨੇ ਕੀਤਾ ਵਾ, ਬਿਲਕੁਲ, ਤਾਂ ਸ਼ਾਇਦ ਅਸੀਂ, ਮੈਂ ਕਹਾਂ ਵਿਸ਼ਵ ਦੀ ਸਭ ਤੋਂ ਵੱਡੀ ਇੱਕ ਕੌਮ ਹੁੰਦੇ, ਇੱਕ ਸਾਡਾ ਜਿਹੜਾ, ਜੇ ਮੈਂ ਧਾਰਮਿਕ ਤੌਰ ਤੇ ਗੱਲ ਕਰਾਂ ਤੇ ਸਾਡਾ ਗੁਰੂ ਗ੍ਰੰਥ ਸਾਹਿਬ, ਚਲੋ ਠੀਕ ਹੈ ਸੁਹੇਲ ਸਾਹਿਬ, ਮੈਂ ਹੁਣ ਸਾਰੇ ਟਾਈਮ ਹੈ ਨਹੀਂਗਾ, ਲਾਸਟ 10 ਸੈਕਿੰਡ ਨੇ, ਤੁਸੀਂ ਆਪਣਾ ਕਮੈਂਟ ਦੇ ਸਕਦੇ ਹੋ ਕਿ ਆਪਾਂ 550 ਸਾਲਾ ਨਾਨਕ ਸਾਹਿਬ ਆ ਰਹੇ ਹਾਂ, ਤੇ ਘੱਟੋ ਘੱਟ ਆਪਾਂ ਫੇਸ ਐਸਾ ਆ ਕੇ ਰੱਖੀ ਨਾਨਕ ਸਾਹਿਬ ਤੇ, ਜੋ ਢਿੱਲੋ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਫੰਕਸ਼ਨਾਂ ਦਾ ਮਹੱਤਵ ਦੀ ਗੱਲ ਕੀਤੀ ਹੈ ਕਿ ਮਨਾਉਣ ਦੀ ਲੋੜ ਨਹੀਂ ਹੈ, ਮੈਂ ਇਹਦੇ ਨਾਲ ਸਹਿਮਤ ਨਹੀਂ, ਕਿਉਂਕਿ ਜਿਹੜੇ ਵੀ ਆਪਾਂ ਕੋਈ ਇੱਦਾਂ ਦੇ ਪ੍ਰੋਗਰਾਮ ਕਰਦੇ ਹਾਂ, ਸਮਾਗਮ ਕਰਦੇ ਹਾਂ, ਇਹਨਾਂ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ, ਜੋ ਬਾਬਾ ਨਾਨਕ ਜੀ ਜੋ ਲੋਕਾਂ ਨੂੰ ਸੰਦੇਸ਼ ਦੇ ਕੇ ਗਏ ਨੇ ਕਾਇਨਾਤ ਨੂੰ, ਉਹਨੂੰ ਦੁਬਾਰਾ ਯਾਦ ਕਰਕੇ ਆਪਣੇ ਅੱਗੇ ਜਿਹੜੀ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਦੇ ਅੱਗੇ ਦਾ ਇਹ ਸੰਦੇਸ਼ ਜਾਂਦਾ, ਬਿਲਕੁਲ, ਸਿੱਖ ਇਤਿਹਾਸ ਦੇ ਵਿੱਚ ਡਾਕੂਮੈਂਟਡ ਚੀਜ਼ਾਂ ਨੇ ਜੇ, ਸ਼ਾਇਦ ਅਮਰਿੰਦਰ ਸਿੰਘ ਜੀ ਇਹਨਾਂ ਚੀਜ਼ਾਂ ਤੇ ਬਿਲਕੁਲ ਇਤਰਾਜ਼ ਹੈ, ਔਰ ਇਹ ਤੁਹਾਨੂੰ ਸਮਝਣ ਦੀ ਲੋੜ ਹੈ, ਜੇ ਤੁਹਾਡੀ ਡੈਫੀਨੇਸ਼ਨ ਦੇ ਮੁਤਾਬਕ ਨਾ ਫਿਰ ਕੋਈ ਸਾਈ ਮੀਆਂ ਮੀਰ ਦੀ ਜਗ੍ਹਾ ਹੋਣੀ ਚਾਹੀਦੀ ਸੀ, ਨਾ ਦੀਵਾਨ ਟੋਡਰਮੱਲ ਹੋਰਾਂ ਦੀ ਕੋਈ ਜਗ੍ਹਾ ਹੋਣੀ ਚਾਹੀਦੀ ਸੀ ਸਿੱਖ ਇਤਿਹਾਸ ਦੇ ਵਿੱਚ। ਖੈਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਵਿਚਾਰ ਚਰਚਾ ਦੇ ਵਿੱਚ ਜੁੜੇ ਰਹਿਣ ਦੇ ਲਈ। ਅੱਜ ਦਾ ਸਵਾਲ ਜੋ ਅਸੀਂ ਦਰਸ਼ਕਾਂ ਤੋਂ ਪੁੱਛਿਆ ਸੀ ਕਿ ਨਾਨਕ ਨਾਮ ਚੜ੍ਹਦੀ ਕਲਾ ਸਮਾਗਮਾਂ ਨੂੰ ਸਾਰੇ ਸਿਆਸੀ ਦਲਾਂ ਨੂੰ ਮਿਲ ਕੇ ਮਨਾਉਣਾ ਚਾਹੀਦਾ, ਚੁਰਾਨਵੇਂ ਫੀਸਦੀ ਲੋਕਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ, 6% ਲੋਕ ਨਾਂ ਦੇ ਵਿੱਚ ਜਵਾਬ ਦੇ ਰਹੇ ਨੇ।